गुरदासपुर के बटाला की पशु मंडी के मैदान में करवाए गए दूसरे दिन मुख्य मेहमान के तौर पर पंजाब की शिक्षा मंत्री अरुणा चौधरी मुख्य मेहमान के रूप में पहुंचे और पशुधन मेले में पशुओं और जानवरों के मुकाबलों में जेतू किसानों को नगद इनाम देकर सम्मानित किया गया। इस मौके पर शिक्षा मंत्री ने पत्रकारों के सवालों का जवाब देते हुए कहा कि आंगनवाड़ी वर्करों को सरकार कभी भी बेरोजगार नहीं होने देगी, बल्कि आगे से शिक्षा विभाग और आंगनवाड़ी वर्कर्स मिलकर काम करेंगे। उनका कहना था कि इस बात को आंगनवाड़ी वर्कर समझ नहीं पा रहे हैं और धरने लगाकर अपनी एनर्जी वेस्ट कर रहे हैं। साथ ही पंजाब में शराब सस्ती करने के सवाल पर शिक्षा मंत्री का कहना था कि शराब सस्ती करने से महिलाएं तो जरूर नाराज होंगी, वो भी ये बात समझती हैं, लेकिन शराब सस्ती करने से सरकार को रेवेन्यू में काफी लाभ होगा। साथ ही सस्ती शराब के चलते ज्यादा पीने से घरों में लड़ाई झगड़े ज्यादा बढ़ने के चांस हो सकते हैं। इसके जवाब में शिक्षा मंत्री ने कहा कि शराब पीकर घरों में होते लड़ाई झगड़े कोई नई बात नहीं है। उनका कहना था कि इन झगड़ों के लिए पुलिस प्रशासन है। ਇੱਥੇ ਪੰਜਾਬ ਸਾਡਾ ਖੇਤੀ ਪ੍ਰਧਾਨ ਦੇਸ਼ ਹੈ, ਖੇਤੀ ਪ੍ਰਧਾਨ ਸੂਬਾ ਹੈ, ਤੁਸੀਂ ਸਾਰੇ ਜਾਣਦੇ ਹੋ। ਸੋ ਅਸੀਂ ਪੰਜਾਬ ਸਰਕਾਰ ਹਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਪਸ਼ੂ ਮੇਲਾ ਲਗਾਉਂਦੀ ਹੈ ਲੋਕਾਂ ਨੂੰ, ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ, ਜਿਹੜੇ ਪਸ਼ੂ ਨੇ ਰੱਖੇ ਹੈ ਕਿ ਜਿਵੇਂ ਕੋਈ ਚੰਗੀ ਬਰੀਡ ਦੀ ਚੰਗੀ ਨਸਲ ਦੀਆਂ ਮੱਝਾਂ ਨੇ, ਗਵਾਂ ਨੇ, ਉਹਨਾਂ ਨੂੰ ਬਿਹਤਰ ਫੀਡ ਕਿਵੇਂ ਦਿੱਤੀ ਜਾਂਦੀ ਹੈ, ਉਹਨਾਂ ਦੀ ਨਸਲ ਕਿਵੇਂ ਸੁਧਾਰੀ ਜਾ ਸਕਦੀ ਹੈ। ਸੋ ਇਸ ਤਰ੍ਹਾਂ ਦੀ ਇਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹੈਗੀਆਂ ਨੇ, ਬੜੀ ਅੱਛੀ ਹੈ। ਕਿਸ ਤਰ੍ਹਾਂ ਦੀ ਔਰਗੈਨਿਕ ਤੁਸੀਂ ਫਾਰਮਿੰਗ ਕਰ ਸਕਦੇ ਹੋ, ਫੀਡ ਜਿਹੜੀ ਕਿਸ ਤਰ੍ਹਾਂ ਦੀ ਪਸ਼ੂ ਨੂੰ ਦਿੱਤੀ ਜਾਂਦੀ ਹੈ। ਸੋ ਜਿਹੜੀ ਟੈਕਨੀਕਲ ਚੀਜ਼ਾਂ ਨੇ ਜਿਹੜੀਆਂ ਆਮ ਅਵੇਅਰਨੈਸ ਲੋਕਾਂ ਨੂੰ ਨਹੀਂ ਹੈ, ਸੋ ਕਿਸਾਨਾਂ ਨੂੰ ਅਵੇਅਰ ਕਰਨ ਵਾਸਤੇ, ਜਿਹੜੇ ਪਸ਼ੂ ਰੱਖਣ ਵਾਲੇ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਇਹ ਇਸ ਤਰ੍ਹਾਂ ਦੇ ਲਗਾਏ ਜਾਂਦੇ ਨੇ। ਹੁਣ ਇਸ ਤੋਂ ਬਾਅਦ ਜਿਹੜਾ ਲੱਗ ਰਿਹਾ ਇਹ ਪਟਿਆਲੇ ਵਿੱਚ ਪਸ਼ੂ ਮੇਲਾ ਲੱਗ ਰਿਹਾ, ਤਾਂ ਕਿ ਲੋਕਾਂ ਨੂੰ ਹੋਰ ਜਿਵੇਂ ਅਵੇਅਰਨੈਸ ਕਰਾਈ ਜਾਏ। ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਉਹਨਾਂ ਦਾ ਪਤਾ ਨਹੀਂ ਕਿਉਂ ਮਿਸਅੰਡਰਸਟੈਂਡਿੰਗ ਹੋ ਰਹੀ ਹੈ। ਮੈਂ ਵੀ ਪ੍ਰੈਸ ਰਿਲੀਜ਼ ਕਰ ਚੁੱਕੀ ਹਾਂ, ਰਜ਼ੀਆ ਵੀ ਪ੍ਰੈਸ ਰਿਲੀਜ਼ ਕਰ ਚੁੱਕੀ ਹੈ, ਜਿਹੜੀਆਂ ਉਹਨਾਂ ਦੇ ਮੰਤਰੀ ਸਾਹਿਬ ਨੇ ਉਹ ਵੀ ਪ੍ਰੈਸ ਰਿਲੀਜ਼ ਕਰ ਚੁੱਕੇ ਹਾਂ, ਔਰ ਅਸੀਂ ਸਾਰੀ ਇਹਦੇ ਬਾਰੇ ਕਲੈਰਿਟੀ ਦੇ ਚੁੱਕੇ ਹਾਂ ਕਿ ਆਂਗਨਵਾੜੀ ਵਰਕਰ ਜਿਹੜੇ ਨੇ ਉਹ ਆਪਣਾ ਕੰਮ ਉਸੇ ਤਰ੍ਹਾਂ ਹੀ ਕਰਨਗੇ, ਅਸੀਂ ਉਹਨਾਂ ਦੇ ਕੰਮ 'ਚ ਬਿਲਕੁਲ ਇੰਟਰਫੇਅਰ ਨਹੀਂ ਕਰਾਂਗੇ। ਸਿਰਫ ਉਹਦੇ ਜਿਹੜੇ ਟੀਚਿੰਗ ਦਾ ਕੰਮ ਹੈ, ਜੋ ਉਹਨਾਂ ਦੇ 6 ਕੰਮ ਨੇ ਉਹ ਉਸੇ ਤਰ੍ਹਾਂ ਹੀ ਕਰਨਗੇ। ਇੱਕ ਕੰਮ ਸਿਰਫ ਪੜ੍ਹਾਉਣ ਵਾਲਾ ਜਿਹੜਾ ਹੈ ਉਹ ਸਾਡਾ ਇੱਕ ਟੀਚਰ ਜਾ ਕੇ ਉਹਨਾਂ ਦੇ 1-2 ਪੀਰੀਅਡ ਬੱਚਿਆਂ ਕੋਲ ਲਏਗਾ ਬਸ। ਮੈਂ ਜਿਹੜੇ ਇਹ ਹੁਣ ਧਰਨੇ ਲਗਾ ਰਹੇ ਨੇ, ਜੇ ਅਸੀਂ ਉਹਨਾਂ ਨੂੰ ਕੱਢਾਂਗੇ ਤੇ ਫੇਰ ਵੀ ਤੇ ਲਗਾ ਸਕਦੇ ਆ, ਐ ਵੀ ਆਪਣੀ એનર્ਜੀ ਵੇਸਟ ਕਰ ਰਹੇ ਨੇ। ਜੇ ਗੱਲ ਉਹਨਾਂ ਨੂੰ ਨਹੀਂ ਸਮਝ ਆ ਰਹੀ, ਦੇਖੋ ਖੁਸ਼ ਤੇ ਨਹੀਂ ਹੋਣਗੀਆਂ, ਉਹ ਤੇ ਮੈਂ ਸਮਝਦੀ ਆ, ਲੇਕਿਨ ਇਹਦੇ ਨਾਲ ਰੈਵਨਿਊ ਜਿਹੜਾ ਆ ਪੰਜਾਬ ਸਰਕਾਰ, ਤੁਹਾਨੂੰ ਪਤਾ ਕਿ ਜੋ ਫਾਈਨੈਂਸ਼ੀਅਲ ਕ੍ਰੰਚ ਜਿਹੜਾ ਦੇ ਕੇ ਗਏ ਆ ਪਿਛਲੇ 10 ਸਾਲਾਂ ਦੇ ਮਿਸ ਰੂਲ ਦੇ ਬਾਅਦ ਜਿਹੜਾ ਸਾਨੂੰ ਮਿਲਿਆ, ਜਿਹੜਾ ਅਸੀਂ ਇਨਹੈਰਿਟ ਕੀਤਾ, ਉਹ ਬਹੁਤ ਜ਼ਿਆਦਾ। ਇਸ ਲਈ ਰੈਵਨਿਊ ਜਨਰੇਟ ਕਰਨ ਵਾਸਤੇ ਕੋਈ ਤਾਂ ਤਰੀਕਾ ਲੱਭਾਂ, ਕਿਉਂਕਿ ਅਸੀਂ ਤਾਂ ਕੁਛ ਦੇਣ ਨੂੰ ਤਿਆਰ ਨਹੀਂ ਹਾਂ, ਪਬਲਿਕ ਕੁਛ ਵੀ ਦੇਣ ਨੂੰ ਤਿਆਰ ਨਹੀਂ ਹੈ। ਸੋ ਕਿਤੇ ਨਾ ਕਿਤੇ ਤਾਂ ਸਰਕਾਰ ਨੇ ਕ੍ਰੀਏਟ ਕਰਨਾ ਨਾ, ਇਹ ਕੋਈ ਨਵੀਂ ਗੱਲ ਤਾਂ ਨਹੀਂ ਹੈ। ਅਤਿਆਚਾਰ ਨੂੰ ਅਸੀਂ ਰੋਕਣ ਵਾਸਤੇ ਪੁਲਿਸ ਬੈਠੀ ਹੈ, ਆਪਣਾ ਕੰਮ ਕਰ ਰਹੀ ਹੈ। ਸੋ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਸਸਤੀ ਹੋਣ ਕਰਕੇ ਲੋਕ ਜ਼ਿਆਦਾ ਪੀਣਗੇ, ਜਿੰਨੇ ਪੀਣੀ ਉਹਨੇ ਮਹਿੰਗੀ ਵੀ ਪੀ ਲੈਣੀ ਹੈ। वहीं इस पशु धन मेले में पशु और जानवरों के करवाए गए मुकाबलों में जेतू किसानों ने यहां जीतने पर अपनी खुशी जताई। वहीं उनका कहना था कि सभी किसानों को ऐसे पशु धन मेलों में आना चाहिए और ऐसे मेले लगते रहने चाहिए। ਸਾਡੀ ਗਾਂ ਨੇ ਜਰਸੀ ਕਰਾਫਟ ਮਿਲਕਿੰਗ ਦੇ ਵਿੱਚੋਂ ਫਸਟ ਪ੍ਰਾਈਜ ਪ੍ਰਾਪਤ ਕੀਤਾ ਵਾ, ਤੇ ਅਸੀਂ ਲਗਾਤਾਰ 3 ਸਾਲ ਤੋਂ ਆ ਰਹੇ 3 ਸਾਲ ਦੀ ਚੈਂਪੀਅਨ ਗਾਂ ਵਾ, ਤੇ ਇਹ ਜਰਸਿੰਗ ਜਿਹੜੀ ਬਰੀਡ ਦੇ ਵਿੱਚ ਉਹਦੇ ਵਿੱਚ ਵੀ 3rd number ਤੇ ਆਈ ਆ। ਸੈਕੰਡ ਇਹ ਅਸੀਂ ਕਾਰਗਿਲ ਫੀਡ ਵਰਤ ਰਹੇ ਹਾਂ, ਜੋ ਬਹੁਤ ਵਧੀਆ ਫੀਡ ਆ ਅਤੇ ਬਹੁਤ ਵਧੀਆ ਦੇ ਰਿਜ਼ਲਟ ਨੇ, ਅਤੇ ਅਸੀਂ ਸਾਰਿਆਂ ਨੂੰ ਇਹੋ ਸੁਜੈਸਟ ਕਰਦੇ ਹਾਂ ਕਿ ਤੁਸੀਂ ਚੰਗੀ ਫੀਡ ਵਰਤ ਪਾਓ ਤਾਂ ਜੋ ਤੁਹਾਡੇ ਜਾਨਵਰ ਵਧੀਆ ਰਹਿਣ ਅਤੇ ਵਧੀਆ ਦੁੱਧ ਦੇਣ, ਤੁਸੀਂ ਵੀ ਦੁੱਧ ਪੀਓ ਅਤੇ ਆਪ ਵੀ ਵਧੀਆ ਰਹੋ। ਨਾਮ ਜੀ ਇਹਦਾ ਫਸਟ ਪ੍ਰਾਈਜ਼ ਜਿਹੜਾ 12,000 ਰੁਪਏ ਆ, ਅਤੇ ਇੱਕ 3rd prize ਆ ਉਹ 6,000 ਰੁਪਏ ਆ ਜੀ। ਮੈਂ ਪਸ਼ੂ ਧਨ ਚੈਂਪੀਅਨਸ਼ਿਪ 2017 ਵਿੱਚ ਭਾਗ ਲਿਆ ਜੀ, ਚੁਆਈ ਮੁਕਾਬਲੇ 'ਚ। ਮੇਰੀ ਗਾਂ ਨੇ 42 ਲੀਟਰ 300 ਗ੍ਰਾਮ ਦੁੱਧ ਕੱਢਿਆ ਜੀ, ਤੋ ਮੇਲੇ ਦੀ ਚੈਂਪੀਅਨ ਬਣੀ ਆ ਜੀ। ਨਾਮ ਸਰ 12,000 ਮਿਲਿਆ ਜੀ। ਮੈਂ ਸਰ ਪਾਲਿਕਾ ਫੀਡ ਪਾਉਂਦਾ ਜੋ ਰਈਏ ਤੋਂ ਬਣਦੀ ਆ ਜੀ, ਅਤੇ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਮੈਂ ਜਿੱਤ ਗਿਆ ਜੀ। ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਸਾਰੇ ਕਿਸਾਨ ਵੀਰ ਵੱਧ ਤੋਂ ਵੱਧ ਭਾਗ ਲੈਣ ਅਤੇ ਇਹ ਮੁਕਾਬਲੇ ਵਿੱਚ, ਅਤੇ ਆਉਣ ਵਾਲੇ ਸਮੇਂ 'ਚ ਉਹ ਵੀ ਜਿੱਤਣ, ਅਤੇ ਮੇਲੇ ਦਾ ਹੋਰ ਮਤਲਬ ਮੁਕਾਬਲਾ ਹੋਰ ਵਧੀਆ ਹੋ ਜਾਵੇ ਜੀ। ਗੁਰਦਾਸਪੁਰ ਸੇ ਭੋਪਾਲ ਸਿੰਘ ਕੀ ਰਿਪੋਰਟ। लेटेस्ट न्यूज और इंटरेस्टिंग कॉमेडी और एंटरटेनमेंट वीडियोस देखने के लिए सब्सक्राइब करें हमारा यूट्यूब चैनल नेशनल बस और लाइक करें हमारा फेसबुक पेज। कीप लाइकिंग।